ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਹਾਈ ਕੋਰਟ ਵਿੱਚ ਅਤੇ ਵਿਜੀਲੈਂਸ ਕੋਲ ਆਪ ਇੱਕ ਅੰਡਰਟੇਕਿੰਗ ਦੇ ਬੈਠੀ ਹੈ ਕਿ ਜਿੰਨਾ ਚਿਰ ਅਸੀਂ ਸ਼ਹਿਰ ਦੀ ਜ਼ੋਨਿੰਗ ਨਹੀਂ ਕਰਦੇ ਅਤੇ ਰੇਹੜੀਆਂ ਵਾਲੇ ਜਿੱਥੇ ਹੋਣੇ ਨੇ ਉਹਨਾਂ ਨੂੰ ਆਲਟਰਨੇਟ ਸਾਈਟ ਨਹੀਂ ਦਿੰਦੇ, ਅਸੀਂ ਓਨੀ ਦੇਰ ਮੌਜੂਦਾ ਥਾਵਾਂ ਤੋਂ ਨਹੀਂ ਹਟਾਵਾਂਗੇ। ਉਹ ਸਟ੍ਰਾਈਕ 'ਤੇ ਸੀ ਰੇਹੜੀ ਵਾਲੇ, ਤਾਂ ਸਾਡੇ ਇੱਕ ਜ਼ਿਲ੍ਹਾ ਪ੍ਰਧਾਨ ਸਾਹਿਬ ਰਣਜੀਤ ਸਿੰਘ ਜੀ ਢਿੱਲੋਂ ਅਤੇ ਇੱਕ ਯੂਥ ਦੇ ਪ੍ਰਧਾਨ ਸਾਹਿਬ ਗੁਰਦੀਪ ਸਿੰਘ ਜੀ ਬੋਚਾ, ਉਹਨਾਂ ਦੀ ਗੱਲ ਸੁਣਨ, ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਗਏ। ਅਤੇ ਅਫਸੋਸ ਇਸ ਗੱਲ ਦਾ ਹੈ ਕਿ ਇੱਕ ਜਿੱਥੇ ਡੈਮੋਕ੍ਰੇਸੀ ਵਿੱਚ ਪੋਲੀਟੀਕਲ ਪਾਰਟੀ, ਉਹ ਵੀ ਪੰਜਾਬ ਦੀ ਮਾਂ ਪੋਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਉਹਨਾਂ ਨਾਲ ਗੱਲ ਸੁਣਨ ਗਏ ਅਤੇ ਗੱਲ ਕਰਨ ਗਏ, ਉਹਨਾਂ 'ਤੇ 188 ਦਾ ਪਰਚਾ ਵੀ। ਸੋ ਕਮਿਸ਼ਨਰ ਸਾਹਿਬ ਦੇ ਧਿਆਨ 'ਚ ਲਿਆਉਂਦੀ ਹੈ ਕਿ ਇਦੋਂ ਵੱਡੀ ਜ਼ਿਆਦਤੀ ਕੋਈ ਲੋਕ ਰਾਜ ਹੋ ਨਹੀਂ ਸਕਦੀ, ਅਤੇ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਉਹ ਇਨਸਾਫ ਦੇਣਗੇ। ਸੋ ਉਮੀਦ ਹੈ ਕਿ ਦੇਖ ਕੇ ਫਿਰ ਦੇਖਾਂਗੇ। ਜੋ ਇੱਕ FIR ਦਫਾ 188 ਥੱਲੇ ਦਰਜ ਕੀਤੀ ਗਈ ਸੀ, ਸਾਡੇ ਜ਼ਿਲ੍ਹਾ ਪ੍ਰਧਾਨ ਸਰ ਰਣਜੀਤ ਸਿੰਘ ਢਿੱਲੋਂ, ਸ੍ਰੀ ਗੁਰਦੀਪ ਸਿੰਘ ਗੋਸ਼ਾ, ਉਹਨਾਂ ਦੇ ਖਿਲਾਫ਼ ਕੀਤੀ ਸੀ, ਹੋਰ ਬੰਦਿਆਂ ਦੇ ਖਿਲਾਫ਼, ਉਹਨੂੰ ਕੈਂਸਲ ਕੀਤਾ। ਪਹਿਲੀ ਗੱਲ ਤਾਂ ਜਿਹੜੇ ਦੋਨਾਂ ਨੇ ਧਰਨਾ ਨਹੀਂ ਲਗਾਇਆ, ਜਿਹੜਾ ਧਰਨਾ ਲੱਗਿਆ ਹੋਇਆ ਸੀ ਆਲਰੇਡੀ, ਅਤੇ ਉਹਦੇ ਵਿੱਚ ਗਏ ਸੀ, ਉਹਨੂੰ ਸਮਝਾਉਣ ਗਏ ਸੀ, ਉਹਨੇ ਜਿਹੜੇ ਆ ਪ੍ਰੋਬਲਮ ਹੈਗੀਆਂ ਦੁੱਖ ਜਿਹੜੇ ਉਹਨਾਂ ਦੇ ਸੁਣਨ ਗਏ ਸੀ। ਸਭ ਤੋਂ ਵੱਡੀ ਗੱਲ ਹੈ, ਕੱਲ੍ਹ ਹੀ ਤੁਸੀਂ ਦੇਖਿਆ ਹੋਊਗਾ ਸ਼ਹੀਨ ਬਾਗ ਜਿਹੜਾ ਹੈਗਾ, ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਧਰਨਾ ਲਗਾਉਣਾ ਇਲੀਗਲ ਨਹੀਂ ਹੈਗਾ, ਇੱਕ ਹਥਿਆਰ ਹੈ, ਰਾਈਟ ਹੈ, ਆਰਟੀਕਲ 21 ਹੈਗਾ ਵਾ ਜੇ ਥੱਲੇ ਕੋਨਸਟੀਟਿਊਸ਼ਨ ਦਾ, ਜੇ ਥੱਲੇ ਵਿਧ ਮਰਿਆਦਾ ਦੇ ਵਿੱਚ ਰਹਿ ਕੇ ਧਰਨੇ ਲਗਾਏ ਜਾਂਦੇ ਆ ਤਾਂ ਕਾਨੂੰਨੀ ਤੌਰ 'ਤੇ ਠੀਕ ਹੈ। ਸੈਕਸ਼ਨ 27 ਹੈਗਾ ਸਾਡਾ, ਕਿਉਂਕਿ ਇਹ ਵੈਂਡਰ ਸਟਰੀਟ ਵੈਂਡਰ ਇੱਕ ਐਕਟ ਬਣਾਇਆ ਸੀ 2014 ਦੇ ਵਿੱਚ, ਜਿਹਦੇ ਥੱਲੇ ਸੈਕਸ਼ਨ 27 ਥੱਲੇ ਪੁਲਿਸ ਨੂੰ ਬਿਲਕੁਲ ਮਨਾ ਕੀਤਾ ਗਿਆ ਸੀ ਤੁਸੀਂ ਇਹ 'ਚ ਇੰਟਰਫੇਅਰ ਨਹੀਂ ਕਰਨਾ। ਉਹਦੇ ਬਾਵਜੂਦ ਪੁਲਿਸ ਦਾ ਇੰਟਰਫੇਅਰ ਜਿਹੜੀ ਕੀਤੀ ਹੈ, ਇੱਕ FIR ਰਜਿਸਟਰ ਕੀਤੀ ਹੈਗੀ ਹੈ, ਇਹ ਗਲਤ ਬਣਾਇਆ ਗਿਆ ਸੀ ਜਿਹਦੇ 'ਚ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਸੀ, ਔਰ ਸਾਡੀ ਡਿਊਟੀ ਲਗਾਈ ਗਈ ਸੀ ਨਗਰ ਨਿਗਮ ਵੱਲੋਂ ਕਿ ਇਹਨਾਂ ਨੂੰ ਯੋਗ ਜਗ੍ਹਾ ਦੇ ਉੱਤੇ ਬਿਠਾਇਆ ਜਾਵੇ, ਵੈਂਡਿੰਗ ਜੋਨਸ ਬਣਾਏ ਜਾਣ ਜਿਹਦੇ 'ਤੇ ਅਸੀਂ ਕੰਮ ਸਟਾਰਟ ਕੀਤਾ ਸੀ। ਲੇਕਿਨ ਮੇਰੀ ਟਰਮ ਪੂਰੀ ਹੋਣ ਤੋਂ ਬਾਅਦ ਨਵੇਂ ਹਾਊਸ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਸ ਵਿੱਚ ਉਹਨਾਂ ਨੇ ਇਹ ਅਧਿਕਾਰ ਦੇ ਦਿੱਤਾ ਕਿ ਤੁਸੀਂ ਆਪਣੀ ਰੇਹੜੀ ਲਗਾਉਣ ਦੇ ਪੈਸੇ ਜਮ੍ਹਾਂ ਕਰਾ ਦਿਓ ਔਰ ਉੱਥੇ ਆਪਣੀ ਰੇਹੜੀ ਲਗਾ ਸਕਦੇ ਹੋ, ਜਿਹੜਾ ਕਿ ਇੱਕ ਗਲਤ ਫੈਸਲਾ ਸੀਗਾ। ਉਸ ਤੋਂ ਬਾਅਦ ਪੈਸੇ ਲੈਣ ਤੋਂ ਬਾਅਦ ਸਾਡਾ ਇਹ ਹੱਕ ਖਤਮ ਹੋ ਜਾਂਦਾ ਸੀ ਕਿ ਅਸੀਂ ਉੱਥੋਂ ਲੰਘ ਚੁੱਕੇ, ਜਦਕਿ ਸਾਡਾ ਫਰਜ਼ ਬਣਦਾ ਸੀ ਕਿ ਉਸੇ ਵੈਂਡਿੰਗ ਜੋਨਸ ਵਾਸਤੇ ਹੀ ਅੱਗੇ ਕੰਮ ਕੀਤਾ ਜਾਵੇ ਔਰ ਉਹਨਾਂ ਨੂੰ ਉੱਥੋਂ ਦੂਸਰੀ ਜਗ੍ਹਾ ਸ਼ਿਫਟ ਕੀਤਾ ਹੈ ਤਾਂ ਕਿ ਉਹ ਆਪਣੀ ਰੋਜ਼ੀ ਰੋਟੀ ਵੀ ਕਮਾ ਸਕਣ ਔਰ ਕੋਈ ਵੀ ਇਲੀਗਲ ਐਕਟ ਨਾ ਕਰ। ਜਿਸ ਤਹਿਤ ਕੰਮ ਜਿਹੜਾ ਹੈ ਬਹੁਤ ਢਿੱਲਾ ਚੱਲ ਰਿਹਾ ਔਰ ਵੈਂਡਿੰਗ ਜੋਨ ਹਾਲੇ ਤੱਕ ਨਹੀਂ ਬਣ ਸਕੇ। ਉਸ ਟਾਈਮ ਦੇ ਵਿੱਚ ਅਸੀਂ ਅਗਰ ਕਿਤੇ ਟ੍ਰੈਫਿਕ ਦੀ ਪ੍ਰੋਬਲਮ ਹੁੰਦੀ ਸੀ ਪਹਿਲਾਂ ਤਾਂ ਅਸੀਂ ਉੱਥੋਂ ਰੇਹੜੀਆਂ ਨੂੰ ਉਠਾਉਂਦੇ ਸੀ ਔਰ ਉਹਨਾਂ ਤੋਂ ਕੰਪੋਜੀਸ਼ਨ ਵੀ ਲੈਂਦੇ ਸੀ ਉਹਨਾਂ ਦੀ ਰਿਕੁਐਸਟ। ਇੱਕ ਧਰਨਾ ਸੀਗਾ ਜਿਸ 'ਚ ਕੋਈ ਟ੍ਰੈਫਿਕ ਨਹੀਂ ਰੋਕ ਗਈ ਸੀ, ਅਸੀਂ ਉੱਥੇ ਉਹਨਾਂ ਦੀ ਆਵਾਜ਼ ਸੁਣਨ ਗਏ ਸੀ, ਉਹਨਾਂ ਦਾ ਦਰਦ ਦੇਖਣ ਗਏ ਸੀ। ਉਹਦੇ ਵਿੱਚ ਜੇ ਕਾਂਗਰਸ ਸਰਕਾਰ, ਕਿਉਂਕਿ ਕਾਂਗਰਸ ਸਰਕਾਰ ਕੋਲ ਹੁਣ ਧੱਕੇ ਤੋਂ ਇਲਾਵਾ ਕੁਛ ਨਹੀਂ, ਉਹਨਾਂ ਨੇ ਧੱਕਾ ਕੀਤਾ ਸੀ FIR ਦਰਜ ਕਰਤੀ। FIR ਵੱਡੀ ਗੱਲ ਨਹੀਂ, ਵੱਡੀ ਗੱਲ ਹੈ ਉਹ ਵਾਇਲੇਸ਼ਨ ਹੈ, FIR ਬਣਦੀ ਨਹੀਂ, ਕਿਉਂਕਿ ਜਦ ਇੱਕ ਸੁਪਰੀਮ ਕੋਰਟ ਤੋਂ ਰੂਲਿੰਗ ਹੈ ਕਿ ਇਹ ਵੈਂਡਰ ਜੋਨ ਬਣਨ ਤੋਂ ਬਾਅਦ ਇਹਨਾਂ ਨੂੰ ਚੱਕਿਆ ਜਾਵੇ ਤਾਂ ਉਹਨਾਂ ਨੂੰ ਅਸੀਂ ਚਾਹੁੰਦੇ ਰਸਤੇ ਬਿਲਕੁਲ ਸਾਫ਼ ਹੋਣ ਅਤੇ ਉਹਨਾਂ ਦੀ ਆਵਾਜ਼, ਜੇ ਲੋਕਤੰਤਰ ਦੇ ਅੰਦਰ ਆਵਾਜ਼ ਨਹੀਂ ਹੋਊਗੀ ਤਾਂ ਫਿਰ ਲੋਕਤੰਤਰ ਕਾਹਦਾ, ਫਿਰ ਤਾਂ ਡਿਕਟੇਟਰਸ਼ਿਪ ਹੋਊਗੀ। ਵੀ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਕਾਂਗਰਸ ਹਮੇਸ਼ਾ, ਅੰਗਰੇਜ਼ਾਂ ਦੀ ਜਿੱਦਾਂ ਰੂਲਿੰਗ ਪਾਰਟੀ ਹੈ ਨਾ, ਬ੍ਰਿਟਿਸ਼ ਰੂਲ ਇਹੀ ਸੀ ਵੀ ਡਿਕਟੇਟਰਸ਼ਿਪ ਕਰਨੀ ਹੈ ਤਾਂ ਡਿਕਟੇਟਰਸ਼ਿਪ ਕਰ ਰਹੇ ਤਾਂ ਅਸੀਂ ਕਮਿਸ਼ਨਰ ਸਾਹਿਬ ਨੂੰ ਸਰਦਾਰ ਮਹੇਸ਼ਇੰਦਰ ਸਿੰਘ ਜੀ ਗਰੇਵਾਲ ਸਾਹਿਬ, ਐਡਵੋਕੇਟ ਘੁੰਮਣ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਗਏ ਹਾਂ ਅਤੇ ਉਮੀਦ ਕਰਦੇ ਵੀ ਕਮਿਸ਼ਨਰ ਸਾਹਿਬ ਨੂੰ ਸਾਰੇ ਤੱਤ ਪੇਸ਼ ਕੀਤੇ ਅਤੇ ਉਹ ਸੱਚਾਈ ਨੂੰ ਜਾਣੂ ਕਰਾਇਆ ਅਤੇ ਕਿਤੇ ਇਹ ਨਾ ਹੋਵੇ ਕਿ ਸਿਰਫ ਧੱਕੇਸ਼ਾਹੀ ਚੱਲੀ ਜਾਵੇ, ਉਹ ਨਾ ਹੋਵੇ। ਮੈਂ ਉਮੀਦ ਕਰਦਾ ਕਿ ਕਮਿਸ਼ਨਰ ਸਾਹਿਬ ਇਹ ਗੱਲ ਸੁਣਨਗੇ ਵੀ ਅਤੇ ਉਹਨਾਂ ਨੇ ਜਿਹੜੀ ਸੁਣੀ ਵੀ ਹੈ ਚੰਗੀ ਤਰ੍ਹਾਂ, ਭਰੋਸਾ ਵੀ ਦਵਾਇਆ ਅਤੇ ਉਮੀਦ ਕਰਦੇ ਵੀ ਪਰਚਾ ਵੀ ਰੱਦ ਹੋਊਗਾ ਅਤੇ ਗਰੀਬ ਲੋਕਾਂ ਦੀ ਗੱਲ ਵੀ ਸੁਣੇ।